ਸੰਗਰੂਰ ਵਿੱਚ ਆਪਰੇਟਰਾਂ ਦਾ ਮਸਲਾ ਕਾਫੀ ਭਖਿਆ ਹੋਇਆ ਹੈ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਹੀ ਪ੍ਰਧਾਨ ਅਤੇ ਇੱਕ ਹੋਰ ਸਾਥੀ ਤੇ ਦੋਸ਼ ਲਗਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਨੇ ਬਾਹਰ ਵਾਲਿਆਂ ਨਾਲ ਮਿਲ ਕੇ ਆਪਣੇ ਲਾਲਚ ਨੂੰ ਦੇਖਦੇ ਹੋਏ ਬਾਹਰ ਦੇ ਟੈਂਡਰ ਪਾਸ ਕਰਵਾਏ ਹਨ, ਜਿਸ ਤੋਂ ਬਾਅਦ ਇਹ ਮਸਲਾ ਕਾਫੀ ਗਰਮ ਹੈ। ਉਹਨਾਂ ਜਾਣਕਾਰੀ ਦਿੰਦੇ ਕਿਹਾ ਕਿ ਉਹ FCI ਦਾ ਕੰਮ ਕਰਦੇ ਹਨ ਅਤੇ ਟੋਆ ਟਵਾਈ ਕਰਦੇ ਹਨ, ਪਰ ਦੇਖਣ ਨੂੰ ਮਿਲਿਆ ਕਿ ਸਾਡੇ ਪ੍ਰਧਾਨ ਅਤੇ ਇੱਕ ਹੋਰ ਸਾਥੀ ਵੱਲੋਂ ਮਾਮਲਾ ਸਾਹਮਣੇ ਆਇਆ ਕਿ ਉਹਨਾਂ ਨੇ ਬਾਹਰ ਦੀਆਂ ਯੂਨੀਅਨ ਨਾਲ ਮਿਲ ਕੇ ਉਹਨਾਂ ਨੂੰ ਟੈਂਡਰ ਪਾਸ ਕਰਵਾਇਆ ਹੈ, ਜਿਸ ਕਰਕੇ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇਸ ਦਾ ਹੱਲ ਸਮੇਂ ਸਿਰ ਨਾ ਹੋਇਆ ਤਾਂ ਉਹ ਇਸ ਮਸਲੇ ਨੂੰ ਅੱਗੇ ਤੱਕ ਲੈ ਕੇ ਜਾਣਗੇ। ਜਗਦੀਸ਼ ਕੁਮਾਰ, ਪ੍ਰਧਾਨ ਜੀ, ਅੱਜ ਯੂਨੀਅਨ ਦੇ ਵਿੱਚ ਕਲੇਸ਼ ਹੋਇਆ ਡਰਾਈਵਰ ਤੇ ਪ੍ਰਧਾਨ ਨੂੰ ਲੈ ਕੇ, ਕੀ ਮਸਲਾ? ਇਹ ਮਸਲਾ ਸਪੈਸ਼ਲਾਂ ਦੇ ਰੇਟਾਂ ਦਾ ਜੀ। ਦੇਖੋ, ਪ੍ਰਧਾਨ ਹੈ ਜਿਹੜਾ ਉਹ ਆਪਣੇ ਠੇਕੇਦਾਰ ਨਾਲ ਰਲ ਗਿਆ। ਪ੍ਰਧਾਨ ਤਾਂ ਹੈਗਾ ਟਰੱਕ ਯੂਨੀਅਨ ਦਾ, ਰਲ ਗਿਆ ਉਹ ਠੇਕੇਦਾਰ ਨਾਲ, ਸਾਡੇ ਰੇਟਾਂ 'ਚੋਂ ਬਹੁਤ ਪੈਸੇ ਖਾ ਰਿਹਾ ਉਹਦਾ ਸੁਖਵਿੰਦਰ ਸਿੰਘ। ਹਾਂਜੀ, ਕਿਹੜੇ ਕਿਸ ਤਰ੍ਹਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਠੇਕੇਦਾਰ ਨਾਲ ਰਲ ਕੇ, ਕਿ ਕੀ ਜੇ ਉਹ ਗੱਲ ਅਸੀਂ ਪ੍ਰਧਾਨ ਨਾਲ ਕਰੀਏ, ਪ੍ਰਧਾਨ ਕਹਿੰਦਾ ਇਸ ਕੰਮ ਨਹੀਂ? ਪ੍ਰਧਾਨ ਫਿਰ ਸਾਡੇ ਨਾਲ ਖੜੇ, ਉਹ ਠੇਕੇਦਾਰ ਨਾਲ ਕਿਉਂ ਖੜਾ? ਜੇ ਉਹ ਸੱਚਾ ਤਾਂ ਸਾਡੇ ਨਾਲ ਖੜੇ ਨਾ, ਅਤੇ ਉਹ ਰੇਟਾਂ ਦੇ ਵਿੱਚ ਬਹੁਤ ਫਰਕ ਹੈ। ਸਾਡੇ ਕੋਲ ਲਿਸਟਾਂ ਨੇ, ਤੁਹਾਨੂੰ ਵੀ ਦੇ ਦਿਆਂਗੇ, ਲਿਸਟਾਂ ਹੈਗੀਆਂ ਨੇ, ਉਹ ਤੁਸੀਂ ਜੇ ਆਪਦਾ ਸਕੈਨ ਕਰ ਲਿਓ, ਅਤੇ ਉਹਦੇ ਵਿੱਚੋਂ ਬਹੁਤ ਜ਼ਿਆਦਾ ਫਰਕ ਹੈ। ਜੇ ਉਹ ਫਿਰ ਸਾਡੇ ਨਾਲ ਖੜਨਾ ਚਾਹੀਦਾ ਸੀ ਠੇਕੇਦਾਰ ਨਾਲ, ਇਹਨੂੰ ਪ੍ਰਧਾਨ ਨੂੰ ਕਿ ਉਹਨਾਂ ਨਾਲ ਖੜਨਾ ਚਾਹੀਦਾ ਸੀ? ਜੇ ਲਿਸਟ ਦੀ ਰੇਟ ਦੀ ਗੱਲ ਕਰੀਏ ਤਾਂ ਲਿਸਟ ਦਾ ਕੀ ਰੇਟ ਹੈ? ਲਿਸਟ ਦਾ ਬਹੁਤ, ਇਹਦਾ ਇੱਕ ਗੱਡੀ ਮਗਰ ਘੱਟੋ ਘੱਟ ਵੀ 1500-1600 ਦਾ ਫਰਕ ਹੈ ਜੀ, ਇੱਕ ਗੱਡੀ ਮਗਰ ਸਪੈਸ਼ਲ ਦਾ। ਹਾਂਜੀ, ਅਸੀਂ ਉਹਨਾਂ ਨੂੰ ਕਹਿੰਦੇ ਵੀ 500 ਰੁਪਇਆ ਇੱਕ ਗੱਡੀ ਮਗਰ ਤੁਹਾਨੂੰ ਅਸੀਂ ਛੱਡ ਦਾਂਗੇ, ਅਤੇ ਬਾਕੀ ਜੋ ਰੇਟ ਸਰਕਾਰ ਦਿੰਦੀ ਹੈ ਉਹ ਤਾਂ ਸਾਨੂੰ ਦਿਓ ਨਾ, ਅਸੀਂ ਉਹ ਮੰਗਦੇ ਹਾਂ ਜਿਹੜੇ ਜੋ ਪਿਛਲੇ ਅਸੀਂ 2 ਸਾਲ ਇਸੇ ਠੇਕੇਦਾਰ ਦਾ ਕੰਮ ਕਰਿਆ। ਪਿਛਲੇ 2 ਸਾਲਾਂ 'ਚ ਉਹ 2 ਸਾਲਾਂ ਦਾ ਵਾਲਾ ਜਿਹੜਾ ਪਿਛਲਾ ਮਾਰਜਨ ਸੀ ਉਹ ਤੁਸੀਂ ਰੱਖ ਲਓ, ਬਾਕੀ ਸਾਨੂੰ ਦੇ ਦਿਓ। ਹਾਂਜੀ, ਯੂਨੀਅਨ ਸਾਰੀ ਇੱਕ ਪਾਸੇ ਆ, ਉਹ ਪ੍ਰਧਾਨ ਇਕੱਲਾ, ਉਹਦੇ ਨਾਲ 3-4 ਬੰਦੇ ਨੇ, ਬਾਕੀ ਇੱਕ ਪਾਸੇ ਤੁਸੀਂ ਦੇਖ ਹੀ ਲਿਆ, ਆਹ ਸਾਰੀ ਯੂਨੀਅਨ ਇੱਕ ਪਾਸੇ ਹੈ, ਅਤੇ ਮੰਗਦਾ ਸੀ ਆਪਦਾ ਰੇਟ ਲੈਣ ਪੂਰਾ ਸਾਨੂੰ ਮਿਲਣਾ ਚਾਹੀਦਾ, ਜਿਹੜਾ ਜੋ ਸਰਕਾਰ ਨੇ ਦਿੱਤਾ ਉਹ ਪੂਰਾ ਰੇਟ ਸਾਨੂੰ ਮਿਲਣਾ ਚਾਹੀਦਾ। ਬਾਹਰਲੇ ਕੁਛ ਗਲਤ ਅਨਸਰਾਂ ਨੇ ਟੈਂਡਰ ਪਾ ਕੇ ਸਾਨੂੰ ਵੀ ਅਸਾਂ ਇਹ ਰੇਟ ਦੇਵਾਂਗੇ। ਅਸੀਂ ਗੱਲ ਕਰਨ ਨੂੰ ਤਿਆਰ ਹੈ, ਰੇਟ ਲੈਣ ਨੂੰ ਤਿਆਰ ਹੈ, ਢੋਲ ਨੂੰ ਤਿਆਰ ਹੈ, ਲੇਕਿਨ ਉਹ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੇ। ਮਾਲਕ ਕਹਿੰਦੇ ਅੰਬਾਲੇ ਬੈਠਾ ਜੀ, ਸਾਡੇ ਨਾਲ ਆ ਕੇ ਗੱਲ ਕਰੇ, ਸਾਰੇ ਆਪਰੇਟਰ ਗੱਲ ਕਰਨ ਨਾਲ ਤਿਆਰ। ਜਦੋਂ ਟੈਂਡਰ ਨਿਕਲੇ ਸੀ ਉਦੋਂ ਤੁਸੀਂ ਟੈਂਡਰ ਕਿਉਂ ਨਹੀਂ ਪਾਏ? ਸਾਡੇ ਪਾਉਂਦੇ ਸੀ, ਸਾਡੇ ਬੰਦੇ ਨਾਲ ਰਲ ਕੇ ਦੋ, ਸਾਡੇ ਦੋ ਬੰਦੇ ਗਦਾਰ ਹੋ ਗਏ, ਉਹ ਗਦਾਰਾਂ ਨੇ ਉਹਨਾਂ ਦਾ ਟੈਂਡਰ। ਕਿਸ ਰੇਟ ਤੇ ਚੱਕ ਰਹੇ ਨੇ ਉਹ? ਫੁੱਲ ਰੇਟ ਆ ਜੀ, ਫੁੱਲ ਰੇਟ ਦਾ ਫੁੱਲ ਆ ਜੀ, ਸਾਨੂੰ ਘੱਟ ਸਾਨੂੰ ਨਹੀਂ ਦੇ ਰਹੇ ਨਹੀਂ ਜੀ, ਉਹ ਸਾਨੂੰ ਘੱਟ ਰੇਟ ਦੇ ਦੇ ਰਹੇ। ਪ੍ਰਧਾਨ ਨਾਲ ਕੀ ਮਸਲਾ, ਕਿਉਂਕਿ ਪ੍ਰਧਾਨ ਦਾ ਵੀ ਵਿੱਚ ਨਾਮ ਆ ਰਿਹਾ। ਪ੍ਰਧਾਨ ਨੂੰ ਤਾਂ ਦੱਕਰ ਦਾ ਲੋਕਾਂ ਨੇ, ਪ੍ਰਧਾਨ ਨੂੰ ਲੋਕ ਮੰਨਦੇ ਨਹੀਂ ਹੈਗੇ। ਅੱਛਾ ਜੀ, ਲੋਕ ਕਹਿੰਦੇ ਅਸੀਂ ਪ੍ਰਧਾਨ ਨਹੀਂ ਮੰਨਦੇ। ਇਹ ਪ੍ਰਧਾਨ ਦੀ ਕਿੱਤਾ ਜਾ ਰਹੀ ਹੈ ਸਾਰਾ ਕੁਝ, ਜਿਹੜਾ ਮਤਲਬ ਕਿ ਕਹਿ ਰਹੇ ਹੋ ਇੱਕ ਗੱਡੀ ਮਗਰ 1500 ਰੁਪਏ ਠੱਗੀ ਵੱਜ ਰਹੀ ਹੈ। 1500 ਮਗਰ ਨਹੀਂ ਜੀ, ਕਿਸੇ ਚੱਕਰ 'ਚ ਤਾਂ 2500 ਦਾ ਫਰਕ ਹੈ, ਕਿਸੇ ਚੱਕਰ ਦੇ ਵਿੱਚ 1500 ਦਾ ਫਰਕ ਹੈ, ਕਿਸੇ ਚੱਕਰ 'ਚ ਹੋਰ ਜ਼ਿਆਦਾ ਦਾ ਫਰਕ ਹੈ। ਲੋਕ ਹੁਣ ਕੀ ਕਰਨ ਜੀ, ਇੱਥੇ ਹਰ ਵਾਰੀ ਕੰਡਾ ਕਰਾਉਣਾ ਪੈਂਦਾ, ਕੰਡਾ ਹਰ ਵਾਰੀ ਕੰਡਾ ਕਰਾਉਣ ਦੇ ਵਿੱਚ 15-20 ਲੀਟਰ ਤੇਲ ਵੱਧ ਬਚ ਜਾਂਦਾ। 2000 ਰੁਪਏ ਦਾ ਤੇਲ ਹੈ, 2000 ਹੀ ਗੱਡੀ ਨੂੰ ਬਚਦਾ। ਬਾਕੀ ਭਾਈ ਸਾਹਿਬ ਨੂੰ ਪੁੱਛਿਆ, ਗੱਡੀ ਆਪ ਚਲਾਉਂਦੇ ਨੇ।